ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਅੰਬਾਂ, ਲੀਚੀਆਂ ਤੇ ਹੋਰ ਫਲਾਂ ਨੂੰ ਲੈ ਕੇ ਆਮੋ ਸਾਹਮਣੇ ਆ ਗਏ ਨੇ। ਨਿਤੀਸ਼ ਕੁਮਾਰ ਇਹਨਾਂ ਫਲਾਂ ਨੂੰ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਤੋਂ ਬਚਾ ਰਹੇ ਨੇ। ਉਹਨਾਂ ਨੇ ਫਲ ਬਚਾਉਣ ਲਈ 8 ਦਰੋਗਿਆਂ ਸਮੇਤ 24 ਪੁਲਿਸ ਵਾਲੇ ਤੈਨਾਤ ਕੀਤੇ ਨੇ। ਅਸਲ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਅਜੇ ਵੀ ਮੁੱਖ ਮੰਤਰੀ ਨਿਵਾਸ ਸਥਾਨ 'ਤੇ ਰਹਿ ਰਹੇ ਨੇ। ਵਿਹੜੇ ਅੰਦਰ ਫਲ ਅਤੇ ਸਬਜ਼ੀਆਂ ਲੱਗੀਆਂ ਹੋਈਆਂ ਨੇ। ਨਿਤੀਸ਼ ਕੁਮਾਰ ਜੀਤਨ ਰਾਮ ਮਾਂਝੀ ਤੋਂ ਘਰ ਤਾਂ ਖਾਲੀ ਨਹੀਂ ਕਰਵਾ ਸਕੇ, ਪਰ ਉਹਨਾਂ ਨੂੰ ਵਿਹੜੇ ਅੰਦਰ ਲੱਗੇ ਫਲ ਅਤੇ ਸਬਜ਼ੀਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਨੇ। ਜੀਤਨ ਰਾਮ ਮਾਂਝੀ ਦੇ ਸਕੱਤਰ ਮੁਤਾਬਕ ਇੱਕ ਵਾਰ ਉਹਨਾਂ ਦੇ ਮਾਲੀ ਨੇ ਲੀਚੀ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ। ਜੀਤਨ ਰਾਮ ਮਾਂਝੀ ਨੂੰ ਫਰਵਰੀ 2015 'ਚ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਪਰ ਉਹ ਹਾਲੇ ਤੱਕ ਮੁੱਖ ਮੰਤਰੀ ਨਿਵਾਸ ਸਥਾਨ 'ਤੇ ਰਹਿ ਰਹੇ ਨੇ। ਨਿਤੀਸ਼ ਕੁਮਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ 7 ਸਰਕੂਲਰ ਰੋਡ ਸਥਿਤ ਸਰਕਾਰੀ ਘਰ ਵਿੱਚ ਰਹਿ ਰਹੇ ਨੇ। ਬਿਊਰੋ ਰਿਪੋਰਟ, ਪਹਿਰੇਦਾਰ ਟੀਵੀ।